ਪੇਸ਼ ਹੈ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ 21ਵੀਂ ਸਦੀ ਲੱਗਦਾ ਹੈ ਉਹ ਜੇ ਦੀ ماں ਪੂਰੀ ਹੋਗੀ ਮੇਰੀ ਪਤਨੀ ਨੇ ਬਾਹਰੋਂ ਆ ਕੇ ਮੇਰੇ ਕੋਲ ਖਲੋਂਦਿਆਂ ਕਿਹਾ ਸਵੇਰੇ ਸਵੇਰੇ ਅਜਿਹੀ ਖਬਰ ਬੰਦੇ ਨੂੰ ਸੋਗੀ ਬਣਾ ਦਿੰਦੀ ਹੈ ਪਰ ਮੈਂ ਅਖਬਾਰ ਪੜ੍ਹ ਰਿਹਾ ਸੀ ਜੋ ਏਸ ਨਾਲੋਂ ਵੱਧ ਸੋਗੀ ਖਬਰਾਂ ਨਾਲ ਭਰਿਆ ਪਿਆ ਸੀ ਉਹ ਪਿੰਜਰੇ ਵਿੱਚ ਫਸੀ ਹੋਈ ਚੂਹੀ ਨੂੰ ਘਰੋਂ ਦੂਰ ਛੱਡਣ ਲਈ ਗਈ ਸੀ ਜਦੋਂ ਉਹਨੂੰ ਕਦੀ ਘਰ ਵਿੱਚ ਚੂਹਾ ਹੋਣ ਦਾ ਸ਼ੱਕ ਪੈਂਦਾ ਉਹ ਰਾਤ ਨੂੰ ਪਿੰਜਰਾ ਲਾ ਦਿੰਦੀ ਤੇ ਆਮ ਕਰਕੇ ਸਵੇਰ ਨੂੰ ਚੂਹਾ ਫਸਿਆ ਪਿਆ ਹੁੰਦਾ ਸਵੇਰੇ ਉੱਠ ਕੇ ਉਸ ਵਕਤ ਤੇ ਹੀ ਉਹਨੂੰ ਦੂਰ ਖਾਲੀ ਮੈਦਾਨ ਵਿੱਚ ਛੱਡ ਆਉਂਦੀ ਸੀ ਅੱਜ ਵੀ ਉਹ ਇਸੇ ਤਰ੍ਹਾਂ ਫਸੀ ਹੋਈ ਇੱਕ ਚੂਹੀ ਨੂੰ ਛੱਡ ਕੇ ਮੁੜੀ ਸੀ ਕਿਉਂ ਰੋਣ ਚੀਕਣ ਤੇ ਬਖੰਡ ਕਰਦੇ ਨੇ ਮੈਂ ਅਖਬਾਰ ਤੋਂ ਨਜ਼ਰ ਹਟਾ ਕੇ ਪੁੱਛਿਆ ਮੈਨੂੰ ਮਰਨ ਵਾਲੀ ਦੇ ਪੁੱਤਰ ਤੇ ਨੂੰਹ ਨਾਲ ਉੱਕਾ ਹੀ ਕੋਈ ਹਮਦਰਦੀ ਨਹੀਂ ਸੀ ਰੋਣਾ ਕੀ ਆ ਉਹਨਾਂ ਨੇ ਸਵਾ ਉਹਨਾਂ ਦੇ ਮਕਾਨ ਦੇ ਨਾਲ ਵਾਲੇ ਖਾਲੀ ਪਲਾਟ 'ਚ ਇੱਕ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ ਉਹਨੇ ਆਪਣੇ ਸ਼ੱਕ ਦਾ ਆਧਾਰ ਦੱਸਿਆ ਇਹ ਪਿੰਗਰੇ ਵਿੱਚ ਫਸੇ ਚੂਹਿਆਂ ਨੂੰ ਜਿਉਂਦੇ ਛੱਡ ਦੇਣ ਦੀ ਵੀ ਇੱਕ ਆਪਣੀ ਕਹਾਣੀ ਸੀ ਕੁਝ ਸਾਲ ਪਹਿਲਾਂ ਜਦੋਂ ਇਸ ਨਵੀਂ ਕਲੋਨੀ ਦੇ ਘਰ ਬਣਨੇ ਸ਼ੁਰੂ ਹੋਏ ਸਨ ਇੱਥੇ ਖੇਤ ਹੀ ਖੇਤ ਸਨ ਇੱਕ ਇੱਕ ਕਰਕੇ ਮਕਾਨ ਬਣਨੇ ਤੇ ਵਸਣੇ ਸ਼ੁਰੂ ਹੋ ਗਏ ਜੋ ਪਲਾਟ ਖਾਲੀ ਪਏ ਹੁੰਦੇ ਸੀ ਉਹਨਾਂ ਵਿੱਚ ਚੂਹੇ ਵੱਸਦੇ ਸਨ ਜਦੋਂ ਦਾ ਲੱਗਦਾ ਉਹ ਘਰਾਂ ਚ ਆ ਵੜਦੇ ਸਾਡੇ ਇਸ ਮਕਾਨ ਵਿੱਚ ਨਵੇਂ ਲਿਆਂਦੇ ਪਿੰਜਰੇ ਵਿੱਚ ਜਦੋਂ ਪਹਿਲਾ ਚੂਹਾ ਫਸਿਆ ਇਸ ਗੱਲ ਤੇ ਕਾਫੀ ਬਹਿਸ ਹੋਈ ਕਿ ਉਹਦਾ ਕੀ ਕੀਤਾ ਜਾਵੇ ਮੈਂ ਆਪਣਾ ਸੰਕੋਚ ਪ੍ਰਗਟ ਕੀਤਾ ਇਸ ਤਰ੍ਹਾਂ ਚੂਹਾ ਜਿਉਂਦਾ ਤਾਂ ਛੱਡਣਾ ਚਾਹੀਦਾ ਪਤਾ ਸਰਕਾਰੀ ਅੰਕੜਿਆਂ ਮੁਤਾਬਕ ਚੂਹੇ ਲੱਖਾਂ ਮਾਣਾਂ ਅਨਾਜ ਖਾ ਜਾਂਦੇ ਨੇ ਜੋ ਭੁੱਖੇ ਬੰਦਿਆਂ ਦੇ ਮੂੰਹ ਪੈ ਸਕਦਾ ਸਰਕਾਰੀ ਅੰਕੜੇ ਮੇਰੀ ਪਤਨੀ ਨੇ ਜਿਵੇਂ ਇਹ ਗੱਲ ਤਲੀ ਉੱਤੇ ਰੱਖ ਕੇ ਫੂਕ ਨਾਲ ਹੀ ਉੜਾਤੀ ਤੁਹਾਡਾ ਕੀ ਖਿਆਲ ਹੈ ਜੇ ਚੂਹੇ ਅਨਾਜ ਨਾ ਖਾਣ ਇਹ ਬੰਦਿਆਂ ਨੂੰ ਖਾਣ ਲਈ ਮਿਲ ਜਾਵੇ ਇਹ ਸਰਕਾਰੀ ਭੰਡਾਰਾਂ ਵਿੱਚ ਹੀ ਪਵੇ ਤੇ ਇਹਨੂੰ ਸਬੰਧਤ ਵਿਭਾਗਾਂ ਦੇ ਕਰਤੇ ਧਰਤੇ ਜੂਹੇ ਬਣ ਕੇ ਖਾਂਦੇ ਰਹਿਣ ਇਹ ਵਿਚਾਰੇ ਪੂਛਾਂ ਵਾਲੇ ਚੂਹੇ ਤਾਂ ਅਸਲ ਤਾਂ ਦਲੀਆਂ ਕਰਨ ਵਾਲੇ ਬੇਪੂਛੇ ਚੂਹਿਆਂ ਨੂੰ ਬਚਾਉਣ ਲਈ ਬਦਨਾਮ ਕੀਤੇ ਜਾਂਦੇ ਨੇ ਸੋ ਸਾਡੇ ਨਵੇਂ ਘਰ ਵਿੱਚ ਫਸਿਆ ਉਹ ਪਹਿਲਾ ਚੂਹਾ ਮਾਰਨ ਦੀ ਥਾਂ ਦੂਰ ਮੈਦਾਨ ਜਾ ਕੇ ਜਿਉਂਦਾ ਛੱਡ ਦਿੱਤੇ ਜਾਣ ਦਾ ਫੈਸਲਾ ਕਰ ਦਿੱਤਾ ਗਿਆ ਤੇ ਇਸ ਰੀਤ ਦੀ ਪੂਰਤੀ ਕਰਦਿਆਂ ਅੱਜ ਵੀ ਮੇਰੀ ਪਤਨੀ ਇੱਕ ਜਿਉਂਦੀ ਚੂਹੀ ਨੂੰ ਬਾਹਰ ਛੱਡ ਕੇ ਆਈ ਸੀ ਮੈਂ ਛਾਵੜਿਆਂ ਤੋਂ ਪਤਾ ਕਰਕੇ ਆਵਾਂ ਮੇਰੀ ਪਤਨੀ ਦੇ ਇਹ ਸ਼ਬਦ ਮੈਨੂੰ ਸਵਾਲ ਵੀ ਸਨ ਤੇ ਆਪਣੇ ਆਪ ਨਾਲ ਕੀਤੀ ਸਲਾਹ ਵੀ ਇੰਨਾ ਸਵੇਰੇ ਪਤਾ ਨਹੀਂ ਉਹ ਨਵਾਬ ਅਜੇ ਜਾਗੇ ਹੋਣਗੇ ਵੀ ਜਾਂ ਨਹੀਂ ਮੈਂ ਉੱਤਰ ਦਿੱਤਾ ਅਸਲ ਵਿੱਚ ਇਹੋ ਜਵਾਬ ਉਹਦੇ ਮਨ ਵਿੱਚ ਵੀ ਸਵਾਲ ਦੇ ਨਾਲ-ਨਾਲ ਹੀ ਆ ਗਿਆ ਸੀ ਉਹ ਖਾਲੀ ਪਿੰਜਰਾ ਲੈ ਕੇ ਘਰ ਅੰਦਰ ਚਲੀ ਗਈ ਹੂਜੇ ਦੇ ਨਾਲ ਵਾਲੇ ਘਰ ਸਪੇਅਰ ਪਾਰਟਸ ਵਾਲਾ ਛਾਬੜਾ ਰਹਿੰਦਾ ਸੀ ਇੱਕ ਤਾਂ ਛਾਬੜਾ ਪਰਿਵਾਰ ਜਾਗਦਾ ਹੀ ਗੋਡੇ-ਗੋਡੇ ਦਿਨ ਚੜਿਆ ਸੀ ਜਾਗਦੇ ਤਾਂ ਪਤਾ ਨਹੀਂ ਕਦੋਂ ਸਨ ਕਹਿੰਦੇ ਉਹ ਇਹੋ ਸਨ ਉਹਨਾਂ ਦਾ ਮਤ ਸੀ ਕਿ ਬਹੁਤਾ ਸਵੇਰੇ ਤਾਂ ਨਿੱਕੇ-ਮੋਟੇ ਕੰਮਾਂ ਉੱਤੇ ਲੱਗਣ ਵਾਲੇ ਜਾਂ ਨੌਕਰੀਆਂ ਕਰਨ ਵਾਲੇ ਲੋਕ ਜਾਗਦੇ ਸਨ ਪਰ ਉਹ ਤਾਂ ਮਾਲਕ ਸਨ ਦੂਜਿਆਂ ਨੂੰ ਨੌਕਰਾ ਰੱਖਣ ਵਾਲੇ ਉਹਨਾਂ ਨੂੰ ਸਵੇਕ ਤੇ ਜਾਗਣ ਦੀ ਕੀ ਲੋੜ ਸੀ ਤੇ ਉਹਨਾਂ ਦੀ ਦੂਜੀ ਅਜੀਬ ਆਦਤ ਇਹ ਸੀ ਕਿ ਬਹੁਤੀ ਵਾਰ ਬਾਹਰ ਖਲੋਤੇ ਆਦਮੀ ਨਾਲ ਲੋਹੇ ਦੇ ਬੰਦ ਗੇਟ ਦੇ ਅੰਦਰੋਂ ਹੀ ਗੱਲ ਕਰਦੇ ਸਨ ਜੇ ਕਿਸੇ ਭਰਾ ਜੀ ਜਾਂ ਭੈਣ ਜੀ ਵਿੱਚ ਘਰ ਦੇ ਅੰਦਰ ਪਹੁੰਚਣ ਦੀ ਕੁਝ ਬਹੁਤੀ ਦ੍ਰਿੜਤਾ ਹੁੰਦੀ ਗੇਟ ਤਾ ਦੀ ਖੁੱਲ੍ਹਦਾ ਆਮ ਕਰਕੇ ਤਾਂ ਜਦੋਂ ਗੱਲ ਕਰਨ ਵਾਲੇ ਜਾਂ ਕਰਨ ਵਾਲੀ ਦੇ ਪੈਰ ਪੁੱਠੇ ਮੁੜ ਪੈਂਦੇ ਤਾਂ ਮਿਸਟਰ ਛਾਵੜਾ ਜਾਂ ਮਿਸੇ ਛਾਵੜਾ ਮੁਲਾਇਮ ਆਵਾਜ਼ ਵਿੱਚ ਕਹਿੰਦੇ ਲੋ ਤੁਸੀਂ ਬਾਹਰ ਹੀ ਮੁੜ ਚੱਲੇ ਅੰਦਰ ਤਾਂ ਹੁੰਦੇ ਦੋ ਘੜੀਆਂ ਬੈਠਦੇ ਇਹ ਸਥਿਤੀ ਅਜਿਹੀ ਹੁੰਦੀ ਸੀ ਕਿ ਬੰਦਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਕੋਈ ਉੱਤਰ ਨਾ ਦੇ ਸਕਦਾ ਜਾਣਾ ਤਾਂ ਅਸਲ ਵਿੱਚ ਸਾਡਾ ਸਿੱਧਾ ਉਹੂਜੇ ਦੇ ਘਰੀ ਬਣਦਾ ਸੀ ਪਰ ਉਹਦੇ ਘਰ ਕੌਣ ਜਾਵੇ ਉਹਦੇ ਹੀ ਕੀ ਕਿਸੇ ਦੇ ਘਰ ਵੀ ਸਵੇਰੇ ਸਵੇਰੇ ਕੌਣ ਜਾਵੇ ਸੋ ਉਹੂਜਾ ਤੋਂ ਸਵੇਰੇ ਸਵੇਰੇ ਕਿੱਥੇ ਪੁੱਛਿਆ ਜਾ ਸਕਦਾ ਸੀ ਕਿ ਕੀ ਉਹਨਾਂ ਦੀ ਹੀ ਮਾਂ ਮਰੀ ਐ ਜਾਂ ਇਹ ਲੀੜੇ ਕੱਪੜੇ ਸੁੱਟਣ ਵਾਲੇ ਹੋ ਜਾਣ ਕਰਕੇ ਸੁੱਟ ਦਿੱਤੇ ਗਏ ਨੇ ਉਹਨਾਂ ਨਾਲ ਤਾਂ ਦਿਨੋਂ ਵੀ ਮੇਲਚੋਲ ਕਰਨਾ ਔਖਾ ਸੀ ਕਿਸੇ ਨੂੰ ਮਿਲ ਕੇ ਉਹ ਖੁਸ਼ ਨਹੀਂ ਸਨ ਹੁੰਦੇ ਇਸ ਹਾਲਤ ਵਿੱਚ ਤਾਂ ਉਹਨਾਂ ਦੇ ਗਵਾਂਡੀ ਮਿਸਟਰ ਤੇ ਮਿਸੇ ਛਾਵੜਾ ਹੀ ਕੋਈ ਥੋ ਪਤਾ ਦੇ ਸਕਦੇ ਨੇ ਗਵਾਂਡ ਦੀ ਕੁਝ ਤਾਂ ਸੋ ਲੱਗੀ ਜਾਂਦੀ ਐ ਪਰ ਉਹ ਜਾਗਦੇ ਚ ਰੱਖ ਕੇ ਸਨ ਅਜੀਬ ਸਮਾਂ ਆ ਗਿਆ ਜੇ ਕਿਸੇ ਦੁੱਖ ਦੇ ਸੁੱਖ ਤੇ ਦਾ ਪਤਾ ਲੈਣ ਜਾਣਾ ਹੈ ਵੇਲਾ ਦੇਖ ਕੇ ਜਾਓ ਇੱਕ ਤਾਂ ਐਤਵਾਰ ਤੋਂ ਬਿਨਾ ਅਜਿਹੇ ਕੰਮਾਂ ਲਈ ਵੇਹਲ ਹੀ ਕਿਨੂ ਐ ਤੇ ਐਤਵਾਰ ਨੂੰ ਵੀ ਹੁਣ ਉਹ ਨਾਸ਼ਤਾ ਨਾ ਕਰਦੇ ਹੋਣ ਹੁਣ ਉਹ ਸੀਰੀਅਲ ਦੇਖਦੇ ਹੋਣਗੇ ਹੁਣ ਤਾਂ ਰੋਟੀ ਦਾ ਵੇਲਾ ਹੋ ਗਿਆ ਪਿਛਲੇ ਪਾਰ ਤਾਂ ਉਹ ਸੌਂਣਾ ਗਏ ਹੋਣ ਹੁਣ ਤਾਂ ਫਿਲਮ ਚੱਲ ਰਹੀ ਹੈ ਦੁੱਖ ਦਾ ਸੁੱਖ ਦਾ ਤਾਂ ਇੱਕ ਪਾਸੇ ਰਹਾ ਮਰੇ ਦੀ ਹਮਦਰਦੀ ਲਈ ਜਾਣ ਵਾਸਤੇ ਵੀ ਵੇਲਾ ਵਿਚਾਰਨਾ ਪੈਂਦਾ ਇੱਕ ਪਾਸੇ ਮਰਦ ਇੱਕ ਦੂਜੇ ਨਾਲ ਸਲਾਹਾਂ ਕਰਦੇ ਹਨ ਕਿ ਕਿੰਨੇ ਵਜੇ ਚੱਲਣਾ ਤੇ ਉਸ ਸਮੇਂ ਤੱਕ ਆਪਣੇ ਆਪ ਮਕਾਨ ਅੰਦਰ ਵੱਢ ਜਾਂਦੇ ਨੇ ਦੂਜੇ ਪਾਸੇ ਔਰਤਾਂ ਜਾਣ ਦਾ ਸਮਾਂ ਨਿਸ਼ਚਿਤ ਕਰਦੀਆਂ ਤੇ ਆਪਣੇ ਆਪਣੇ ਘਰ ਸੂਟ ਸਾੜੀਆਂ ਛਾਂਟਣ ਤੇ ਕੰਗੀ ਪੱਟੀ ਕਰਨ ਜਾ ਲੱਗਦੀਆਂ ਨੇ ਮੌਤ ਕਿਸੇ ਹੋਰ ਦੇ ਘਰ ਹੋ ਗਈ ਐ ਉਹ ਸੋਗੀ ਕੱਪੜੇ ਕਿਉਂ ਪਾਉਣ ਇਹ ਬਾਧੂ ਪੁਰਾਣਾ ਰਵਾਜ ਛੱਡ ਦਿੱਤਾ ਗਿਆ ਹੁਣ ਉਹ ਜਿਹੇ ਦੇ ਨਾਲ ਵਾਲੇ ਖਾਲੀ ਪਲਾਟ 'ਚ ਇੱਕ ਬਿਸਤਰਾ ਤੇ ਕੁਝ ਜਨਾਮੇ ਕੱਪੜੇ ਸੁੱਟੇ ਪਏ ਹਨ ਮੇਰੀ ਪਤਨੀ ਦਾ ਕਹਿਣਾ ਹੈ ਕਿ ਹੂਜੇ ਦੀ ਮਾਂ ਪੂਰੀ ਹੋ ਗਈ ਐ ਪਰ ਇਹ ਸ਼ੱਕ ਵੀ ਜਾਗਦਾ ਹੈ ਕਿ ਕਿਤੇ ਸਭ ਕੁਝ ਸੁੱਟਣ ਵਾਲਾ ਹੋ ਜਾਣ ਕਰਕੇ ਹੀ ਨਾ ਸੁੱਟ ਦਿੱਤਾ ਗਿਆ ਹੋਵੇ ਪਹਿਲਾਂ ਕਿਤੋਂ ਇਹ ਤਾਂ ਪਤਾ ਲੱਗੇ ਕਿ ਉਹ ਜੇ ਦੀ ਮਾਂ ਸੱਚਮੁੱਚ ਮਰੀ ਮਰ ਵੀ ਗਈ ਹੈ ਜਾਂ ਨਹੀਂ ਉਹਨਾਂ ਦੇ ਘਰ ਤਾਂ ਸੱਚਮੁੱਚ ਦੀ ਮੌਤ ਕਾਰਨ ਜਾਣਾ ਵੀ ਔਖਾ ਸੀ ਪਰ ਜੇ ਉਹ ਮਾਈ ਦੀ ਮੌਤ ਤੋਂ ਬਿਨਾਂ ਹੀ ਹਮਦਰਦੀ ਲਈ ਪੁੱਜ ਗਏ ਹਾਲਤ ਕੁਸੂਤੀ ਹੋ ਜਾਣੀ ਸੀ ਉਹ ਵੀ ਸਮਾਂ ਸੀ ਜਦੋਂ ਦੁੱਖ ਦੇ ਸੁੱਖ ਦੇ ਦਾ ਮੇਲਾ ਨਹੀਂ ਸੀ ਦੇਖਿਆ ਜਾਂਦਾ ਤਾਏ ਸੁਰਜਨ ਸਿੰਘ ਦੀ ਮਾਂ ਬਿਸ਼ਨੀ ਅੰਬੋ ਮੰਝੇ ਤੇ ਪੈਦਾ ਤਾਂ ਆਥਣ ਉੱਗਣ ਦੁਪਹਿਰੇ ਦੁਪਹਿਰੇ ਜਦੋਂ ਵੀ ਠੀਕ ਲੱਗਦਾ ਉਹਦਾ ਪਤਾ ਲੈਣ ਵਾਲੇ ਆਉਂਦੇ ਰਹਿੰਦੇ ਤੇ ਜਦੋਂ ਉਹਦੇ ਸਾਹਾਂ ਦੀ ਸੰਗਲੀ ਟੁੱਟੀ ਸਿਆਲ ਦੀ ਠਰੀ ਹੋਈ ਅੱਧੀ ਰਾਤ ਇੱਧਰ ਸੀ ਅੱਧੀ ਉਧਰ ਅਸੀਂ ਤਾਂ ਡੁੰਗੇ ਸੋਤੇ ਉਹਦਾ ਪਤਾ ਲੈ ਕੇ ਆਏ ਸੀ ਉਹ ਬੇਸੁਰਤੀ ਜਈ ਵਿੱਚ ਪਈ ਸੀ ਪਰ ਸਾਹ ਤਾਂ ਆ ਨਹੀਂ ਆ ਰਹੇ ਸਨ ਮੇਰੇ ਬਾਪੂ ਨੇ ਇੱਕ ਹੱਥ ਨਾਲ ਉਹਦਾ ਸਿਰ ਥੋੜਾ ਜਿੰਨਾ ਉੱਚਾ ਚੱਕ ਕੇ ਦੂਜੇ ਨਾਲ ਥਾਂ ਥਾਂ ਤੋਂ ਗਿੱਚੀ ਟੋਹੀ ਫੇਰ ਨਰਮੀ ਨਾਲ ਸਿਰ ਸਹਣਾਣੇ ਉੱਤੇ ਟਿਕਾਉਂਦਿਆਂ ਕਿਹਾ ਸੀ ਜਿਵੇਂ ਵਾਹਿ ਗਰੂ ਦੀ ਮਰਜੀ ਘਰ ਮੁੜਦਿਆਂ ਰਾਹ ਵਿੱਚ ਬਾਪੂ ਬੋਲਿਆ ਸੀ ਗਿੱਚੀ ਠਰੀ ਪਈ ਐ ਹੁਣ ਚਾਚੀ ਬਹੁਤਾ ਚਰਣੀ ਲੰਗਾਉਂਦੀ ਰੱਬ ਦੇ ਘਰ ਦਾ ਕੀ ਪਤਾ ਸਾਹ ਤਾਂ ਬਿਲਕੁਲ ਸੌਖੇ ਆ ਰਹੇ ਨੇ ਪਈ ਰਹੇ ਤਾਂ 4 ਦਿਨ ਹੋਰ ਪਈ ਰਹੀ ਸ਼ਾਇਦ ਮਾਂ ਨੂੰ ਅੰਬੋ ਦੀ ਮੌਤ ਦੀ ਕਲਪਨਾ ਚੰਗੀ ਨਹੀਂ ਸੀ ਲੱਗਦੀ ਨਹੀਂ ਹੁਣ ਦਿਨਾਂ ਦੀ ਖੇਡ ਨਹੀਂ ਰਹੀ ਹੁਣ ਤਾਂ ਕੰਟਿਆਂ ਦਾ ਮਾਮਲਾ ਹੈ ਮੇਰੇ ਬਾਪੂ ਨੇ ਨਰਾਸ਼ਾ ਨਾਲ ਹੱਥ ਮਾਰਿਆ ਸੀ ਮੈਂ ਬੋਲਿਆ ਕੁਝ ਨਾ ਇਹ ਗੱਲਾਂ ਜਿਉਣ ਮਰਨ ਦੀਆਂ ਗੱਲਾਂ ਮੇਰੇ ਸਮਝਣ ਤੋਂ ਤੇ ਕੁਝ ਬੋਲਣ ਤੋਂ ਬਹੁਤ ਉੱਚੀਆਂ ਸਨ ਪਰ ਮੇਰੇ ਅੰਦਰ ਕੁਝ ਮਰੋੜਿਆ ਜਿਹਾ ਗਿਆ ਇਹ ਕੀ ਅੰਬੋ ਵਿਸ਼ਨੀ ਮਰ ਚੀ ਕੀ ਉਹ ਸਾਡੇ ਸਕੇ ਘਰਾਂ ਵਿੱਚੋਂ ਨਹੀਂ ਸੀ ਪਰ ਮੈਥੋਂ ਤਾਂ ਉਹ ਤੋਂ ਸਖਣਾ ਆਪਣਾ ਗਲੀ ਗਵਾਣ ਸੋਚਿਆ ਕਲਪਿਆ ਨਹੀਂ ਸੀ ਜਾਂਦਾ ਤੇ ਸਾਨੂੰ ਸਾਰਿਆਂ ਨੂੰ ਸੁੱਤਿਆਂ ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ ਹੋਵੇਗਾ ਜਦੋਂ ਮੇਰੇ ਬਾਪੂ ਨੂੰ ਮੇਰੀ ਮਾਂ ਚੰਜੋੜਦੀ ਹੋਈ ਬੋਲੀ ਮੈਂ ਕਿਹਾ ਜੀ ਉੱਠੋ ਲੱਗਦਾ ਅੰਬੋ ਬਿਸ਼ਨੀ ਪੂਰੀ ਹੋ ਗਈ ਵੈਣ ਤਾਂ ਭੈਣ ਸ਼ਾਮ ਕਰਦੇ ਲੱਗਦੇ ਨੇ ਮੇਰੀ ਅੱਖ ਵੀ ਨਾਲ ਹੀ ਖੁੱਲ ਗਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੇਰਾ ਬਾਪੂ ਉੱਠ ਖਲੋਤਾ ਉਨੇ ਲਾਲ ਟਣਬਾਲ ਦਿੱਤੀ ਤੇ ਬੋਲਿਆ ਹਾਂ ਬੋਲ ਤਾਂ ਭਾਬੀ ਸ਼ਾਮ ਕਰਦਾ ਹੀ ਐ ਮੈਂ ਰਜਾਈ ਵਿੱਚੋਂ ਨਿਕਲ ਕੇ ਜੁੱਤੇ ਪਾਉਣ ਲੱਗ ਪਿਆ ਲੈ ਇਹਨੂੰ ਦੇਖੋ ਮਾਂ ਬੋਲੀ ਵੇਤ ਕਿੱਧਰ ਤੁਰ ਪਿਆ ਤੂੰ ਮੈਂ ਵੀ ਚੱਲੂਗਾ ਮੈਂ ਉਦਰੇ ਜਿਹੇ ਦਿਲ ਨਾਲ ਜਵਾਬ ਦਿੱਤਾ ਮੇਰਾ ਤਾਂ ਰੋਣ ਨਿਕਲਣ ਵਾਲਾ ਹੋਇਆ ਪਿਆ ਸੀ ਕਾਕਾ ਤੂੰ ਕਿੱਧਰ ਚੱਲਣਾ ਬਾਪੂ ਬੋਲਿਆ ਘਰੇ ਰਹਿ ਬੇਬੇ ਨਾਲ ਪਹਿ ਜਾ ਮੈਂ ਆਪਣੀ ਦਾਦੀ ਨੂੰ ਬਾਪੂ ਦੀ ਰੀਸ ਨਾਲ ਬੇਬੇ ਹੀ ਆਖਦਾ ਸੀ। ਮੁੰਡਿਓ! ਮੇਰੀ ਸੋਟੀ ਕਿੱਥੇ ਆ? ਬੇਬੇ ਦਾ ਗਲ ਭਰਿਆ ਪਿਆ ਸੀ। ਗਈ ਭੈਣ ਵਿਸ਼ਨੋ। ਮੇਰੀ ਬਾਹ ਫੜ ਕੇ ਲੈ ਚੱਲੋ ਭਾਈ। ਔਖੇ ਸੋਖੇ। ਮੈਥੋਂ ਨਹੀਂ ਪਿਆ ਜਾਂਦਾ ਹੁਣ। ਹੁਣ ਪਹਿਣਾ ਕਿੱਥੇ? ਇਸ ਵਿੱਚੋਂ ਮਾਤੇ ਬਾਪੂ ਦਾਦੀ ਨੂੰ ਜਾਂ ਮੈਨੂੰ ਰੋਕਣ ਲਈ ਕੁਝ ਨਹੀਂ ਬੋਲੇ। ਸਾਂ ਸਾਂ ਕਰਦੀ ਰਾਤ ਵਿੱਚ ਅਸੀਂ ਸਾਰੇ ਗਏ ਤਤਾਏ ਸੁਰਜਨ ਸਿੰਘ ਦਾ ਦਰਵਾਜ਼ਾ ਚਪਟ ਖੁੱਲਾ ਪਿਆ ਸੀ। ਅੰਬੋ ਬਿਛਣੀ ਪੁੰਜੇ ਲਾਹੀ ਪਈ ਸੀ ਤੇ ਉਹਦੇ ਸਿਰ ਵੱਲ ਬਠਲੀ ਵਿੱਚ ਧੂਪ ਧੁਖ ਰਹੀ ਸੀ। ਨੇੜੇ ਦੇ ਘਰਾਂ ਵਾਲੇ ਲੋਕ ਪਹਿਲਾਂ ਹੀ ਇਕੱਠੇ ਹੋਏ ਬੈਠੇ ਸੀ। ਇੱਕ ਇੱਕ ਕਰਕੇ ਹੋਰ ਲੋਕ ਆ ਰਹੇ ਸਨ। ਉਹਨਾਂ ਦੇ ਬੈਠਣ ਲਈ ਮੰਜੇ ਬਿਸਤਰੇ ਤੇ ਘਰ ਦੀਆਂ ਹੋਰ ਚੀਜ਼ਾਂ ਵਸਤਾਂ ਇੱਧਰ-ਉੱਧਰ ਸਿਮੇਟ ਦਿਆਂ ਪੁੰਜੇ ਦਰੀਆਂ ਖੇਸ ਬਿਸ਼ਾ ਕੇ ਥਾਂ ਬਣਾਈ ਜਾ ਰਹੀ ਸੀ ਰਾਤੋਂ ਰਾਤ ਰਿਸ਼ਤੇਦਾਰੀਆਂ ਵਾਲੇ ਪਿੰਡਾਂ 'ਚ ਪਤਾ ਕਰਨ ਲਈ ਗੱਭਰੂ ਮੁੰਡੇ ਬਿਉਂਤ ਬਣਾ ਕੇ ਆਪਣੇ ਆਪ ਤੁਰ ਰਹੇ ਸਨ ਉਸ ਪਿੱਛੋਂ ਸਾਰੀ ਰਾਤ ਕਿਸੇ ਨੇ ਅੱਖ ਨਹੀਂ ਸਿਲਾਈ ਤੇ ਸਭ ਦੀਆਂ ਗੱਲਾਂ ਦਾ ਇੱਕੋ ਵਿਸ਼ਾ ਸੀ ਅੰਬੋ ਵਿਸ਼ਣੀ ਉਹ ਤਾਂ ਸਾਰੇ ਘਰਾਂ ਨੂੰ ਹੀ ਆਪਣਾ ਸਮਝਦੀ ਸੀ ਕਿਸੇ ਦੇ ਕੋਈ ਦੁੱਖ ਸੁੱਖ ਹੋਇਆ ਨਹੀਂ ਅੰਬੋ ਡੰਗੋਰੀ ਫੜ ਕੇ ਪਹੁੰਚੀ ਨਹੀਂ ਜਦੋਂ ਸਾਡੀ ਬਹੂ ਦੇ ਬੇਂਦਰੀ ਜੰਮੀ ਦਾਈ ਨਾਲ ਲੱਗ ਕੇ ਸਭ ਕੁਛ ਅੰਬੋ ਨੇ ਆਪੇ ਹੀ ਸੰਭਿਆ ਲੈ ਆ ਮੇਰੇ ਗੁਰਜੰਟੇ ਦਾ ਵਿਆਹ ਹੋਇਆ ਮੈਂ ਤਾਂ ਮਠਾਈ ਵਾਲੀ ਕੋਠੜੀ ਦੀਆਂ ਕੁੰਜੀਆਂ ਅੰਬੋ ਨੂੰ ਫੜਾ ਕੇ ਬੇਫਿਕਰ ਹੋ ਗਈ ਸਾਡੇ ਛੋਟੇ ਦਾ ਤਾਪ ਜਦੋਂ ਬਹੁਤ ਵੱਧ ਗਿਆ ਮੁੰਡਾ ਹੋਂਗਰਾ ਮਾਰੀ ਨਾਲੇ ਰੋਵੇ ਹੀ ਰੋਵੇ ਅੰਬੋ ਸਾਰੀ ਰਾਤ ਉਹਨੂੰ ਬੁੱਕਲ ਚ ਪਾ ਕੇ ਹਲਾਉਂਦੀ ਰਹੀ ਤੇ ਮੁੰਡਾ ਵੀ ਅੰਬੋ ਦੀ ਬੁੱਕਲ ਚ ਜਾਂਦੇ ਹੀ ਚੁੱਪ ਕਰ ਗਿਆ ਅੰਬੋ ਬਿਛਨੀ ਬਾਰੇ ਨਾ ਮੁੱਕਣ ਵਾਲੀਆਂ ਇੰਨਾਂ ਗੱਲਾਂ ਵਿੱਚ ਹੀ ਸੁਸਤ ਚਾਲ ਚੱਲਦੀ ਉਦਾਸੀ ਹੋਈ ਸਵੇਰ ਆਈ ਤੇ ਹੁਣ ਇਹ ਵੀ ਪਤਾ ਨਹੀਂ ਸੀ ਕਿ ਉਹੂਜੇ ਦੀ ਮਾਂ ਮਰੀ ਐ ਜਾਂ ਬਸ ਉਹਦੇ ਲੀੜੇ ਕੱਪੜੇ ਬਦਲ ਦਿੱਤੇ ਗਏ ਨੇ ਜੇ ਮਰੀ ਐ ਤਾਂ ਕਦੋਂ ਮਰੀ ਐ ਉਹਨੂੰ ਨਹਾਉਣ ਤੋਂ ਆਉਣ ਦੀ ਉਹਦੀ ਮਿੱਟੀ ਸਮੇਟਣ ਦੀ ਕੀ ਸਲਾਹ ਬਣੀ ਐ ਉੰਜ ਤਾਂ ਵਿਚਾਰੀ ਦਾ ਛੁਟਕਾਰਾ ਹੀ ਹੋਇਆ ਇੱਕ ਦਿਨ ਸੰਗ ਮਰ ਮਰਦੀਆਂ ਪੌੜੀਆਂ ਤੋਂ ਜਹੀ ਤਲਕੀ ਸੀ ਕਿ ਮੰंजे ਨਾਲ ਮੰਝਾ ਹੋ ਰਹੀ ਸੀ ਇੱਕ ਪੌੜੀ ਦੀ ਨੁੱਕਰ ਉਹਦੇ ਰੁੜਦੀ ਆਉਂਦੀ ਦੇ ਰੀੜ ਦੀ ਹੱਡੀ ਵਿੱਚ ਚੁਬਗੀ ਤੇ ਦੋਵੇਂ ਲੱਤਾਂ ਕੰਮ ਕਰਨੋਂ ਹਟ ਗਈਆਂ ਉਹ ਸਹਾਰੇ ਤੋਂ ਬਿਨਾਂ ਉੱਠ ਬੈਠ ਵੀ ਨਹੀਂ ਸੀ ਸਕਦੀ ਪਾਸਾ ਵੀ ਨਹੀਂ ਸੀ ਬਦਲ ਸਕਦੀ ਇੱਕ ਪਲ ਵਿੱਚ ਉਹ ਹੀਣੀ ਬਣ ਕੇ ਰਹਿ ਗਈ ਸੀ ਜਿਸ ਨੂੰ ਹੁਣ ਬਾਕੀ ਉਮਰ ਦੂਜਿਆਂ ਤੇ ਨਿਰਭਰਨ ਕਰਨਾ ਪੈਣਾ ਸੀ ਸੱਟ ਦਾ ਪਤਾ ਲੱਗਣ ਤੇ ਸਾਡੀ ਗਲੀ ਦੀਆਂ ਤਿੰਨ ਚਾਰ ਜਨਾਨੀਆਂ ਇਕੱਠੀਆਂ ਹੋ ਕੇ ਗਈਆਂ ਸੀ ਘੰਟੀ ਵਜਾਈ ਤਾਂ ਕੁਝ ਸਮੇਂ ਬਾਅਦ ਨੌਕਰ ਆਇਆ ਸੀ ਤੇ ਗੇਟ ਖੋਲੇ ਬਿਨਾ ਤੇ ਕੁਝ ਪੁੱਛੇ ਜਾਂ ਸੁਣੇ ਬਿਨਾ ਆਪ ਹੀ ਬੋਲਿਆ ਸੀ ਮਾਤਾ ਜੀ ਤਾਂ ਸੋਏ ਹੋਏ ਆਂ ਅਬ ਠੀਕ ਆਂ ਬਿੱਬੀ ਜੀ ਨਹਾ ਰਹੇ ਆਂ ਗੇਟ ਖੋਲਣ ਦਾ ਉਹਦਾ ਕੋਈ ਇਰਾਦਾ ਹੀ ਨਹੀਂ ਸੀ ਉੱਪਰੋਂ ਭਣਾਏ ਵਰਤਿਆ ਕਿ ਘੰਟੀ ਵਜਾਈ ਤੋਂ ਆਇਆ ਭਾਵੇਂ ਨੌਕਰ ਹੀ ਸੀ ਪਰ ਮਿਸੇਜ ਹੂਜਾ ਨੇ ਵੀ ਡ੍ਰੈੰਗ ਰੂਮ ਦੇ ਪਰਦੇ ਪਿੱਛੋਂ ਬਾਹਰ ਦੇਖਿਆ ਸੀ ਤੇ ਉਹ ਜਿਹਾ ਕਰਦੀ ਉਹਨਾਂ ਸਾਰਿਆਂ ਦੇਖ ਵੀ ਲਈ ਸੀ ਉਹ ਦਿਨ ਸੋ ਉਹ ਦਿਨ ਫੇਰ ਕਿਸੇ ਨੇ ਹੂਜੇ ਦੀ ਮਾਂ ਦਾ ਪਤਾ ਲਾਣ ਲਈ ਉਹਨਾਂ ਦੇ ਘਰ ਵੱਲ ਮੂੰਹ ਨਹੀਂ ਸੀ ਕੀਤਾ ਹੂਜੇ ਦਾ ਪਹਿਲੇ ਦਿਨੋਂ ਹੀ ਕਿਸੇ ਨਾਲ ਵੀ ਕੋਈ ਬਹੁਤਾ ਵਾਹਵਾਸਤਾ ਹੀ ਨਹੀਂ ਸੀ ਜਦੋਂ ਉਹਦੇ ਮਕਾਨ ਜਦੋਂ ਨੇ ਮਕਾਨ ਪਾਇਆ ਕੰਮ ठेकेदार ਨੂੰ ਸੌਂਪਿਆ ਹੋਇਆ ਸੀ ਨਿਗਰਾਨੀ ਲਈ ਤੇ ਚੀਜ਼ਾਂ ਖਰੀਦ ਕੇ ਦੇਣ ਲਈ ਉਹਦੀ ਫੈਕਟਰੀ ਵਿੱਚੋਂ ਹੀ ਬੰਦੇ ਆ ਜਾਂਦੇ ਸੀ। ਬੱਸ ਉਹ ਕਦੀ-ਕਦੀ ਚੱਕਰ ਮਾਰਦਾ ਤੇ ਕਿਸੇ ਨਾਲ ਮਿਲਣੋ ਬੋਲਣ ਦੀ ਕੋਈ ਰੁਚੀ ਦਿਖਾਏ ਵੀ ਨਹੀਂ ਆਪਣਾ ਕੰਮ ਕਰਕੇ ਪਰਤ ਜਾਂਦਾ। ਪਹਿਲਾਂ ਤੋਂ ਵਸੇ ਹੋਏ ਲੋਕ ਇੱਕ ਨਵੇਂ ਗਵਾਂਢੀ ਦੀ ਆਉਂਦਵਾਰੇ ਥੋੜੇ ਉਤਸੁਕ ਤਾਂ ਹੁੰਦੇ ਪਰ ਬਿਲਕੁਲ ਹੀ ਇੱਕ ਪੱਖੀ ਹੋ ਕੇ ਉਹ ਵੀ ਤੂੰ ਕੌਣ ਮੈਂ ਖਾਮਖਾ ਵਾਲੀ ਹਾਲਤ ਵਿੱਚ ਨਹੀਂ ਬਹਿਣਾ ਚਾਹੁੰਦੇ ਸੀ। ਪਹਿਲਾਂ ਹੁਜਾ ਦੀ ਕੋਠੀ ਦਾ ਬੇਸਮੈਂਟ ਬਣਿਆ ਤੇ ਫਿਰ ਕੋਠੀ ਉਸਾਰੀ। ਇੰਡਸਟਰੀਅਲ ਏਰੀਏ ਵਿੱਚ ਉਹਦੀ ਸਟੇਨਲੈਸ ਸਟੀਲ ਦੇ ਬਰਤਨਾਂ ਦੀ ਫੈਕਟਰੀ ਸੀ। ਇਹ ਬੇਸਮੈਂਟ ਨੂੰ ਨੇ ਸਟੀਲ ਦੀਆਂ ਚਾਦਰਾਂ ਦੇ ਰੂਪ ਵਿੱਚ ਕੱਚਾ ਮਾਲ ਰੱਖਣ ਲਈ ਬਣਾਇਆ ਸੀ। ਜਦੋਂ ਉਹ ਨੇ ਇੱਥੇ ਰਹਿਣਾ ਸ਼ੁਰੂ ਕੀਤਾ, ਅਕਸਰ ਹੀ ਉਹਦੀ ਫੈਕਟਰੀ ਦਾ ਟੈਂਪੂ ਆਉਂਦਾ। ਕਦੇ ਉਹ ਨਮੀਆਂ ਖਰੀਦੀਆਂ ਚਾਦਰਾਂ ਰੱਖ ਜਾਂਦਾ ਤੇ ਕਦੀ ਬਰਤਨ ਬਣਾਉਣ ਲਈ ਉਹਨਾਂ ਨੂੰ ਲੈ ਆਉਂਦਾ ਤੇ ਕਦੀ ਕਿਸੇ ਗਾਹਕ ਦੁਕਾਨਦਾਰ ਦੀ ਮੰਗ ਪੂਰੀ ਕਰਨ ਲਈ ਉਹ ਬਰਤਨ ਚੁੱਕ ਲ ਜਾਂਦਾ। ਜਿਸ ਦਿਨ ਉਹ ਹੂਜਾ ਨੇ ਇੱਥੇ ਬਸਣਾ ਸ਼ੁਰੂ ਕੀਤਾ, ਕੁਝ ਧਾਰਮਿਕ ਰਸਮਾਂ ਕੀਤੀਆਂ ਗਈਆਂ ਤੇ ਮਹਿਮਾਨਾਂ ਨੂੰ ਖਾਣ-ਪੀਣ ਕਰਵਾਇਆ ਗਿਆ। ਬਹੁਤੇ ਲੋਕ ਤਾਂ ਉੱਪਰ ਹੀ ਸਨ। ਸ਼ਾਇਦ ਉਹ ਉਹਦੇ ਕਾਰੋਬਾਰੀ ਵਰਤੋਂ ਬਿਹਾਰ ਵਾਲੇ ਲੋਕ ਸੀ। ਹੋ ਸਕਦਾ ਉਹ ਉਹਦੇ ਪਹਿਲਾਂ ਦੇ ਗੁਆਂਢੀ ਹੋਣ ਪਰ ਸੰਭਾਵਨਾ ਘੱਟੀ ਸੀ। ਆਂਡ ਗੁਆਂਢ ਨਾਲ ਵਰਤੋਂ ਬਿਹਾਰ ਦੀ ਸੀਮਾ ਹੂਜਾ ਨੇ ਉਸੇ ਦਿਨ ਸਪਸ਼ਟ ਕਰਤੀ ਸੀ। ਬਿਲਕੁਲ ਨੇੜੇ ਦੇ 2-4 ਗੁਆਂਢੀਆਂ ਨੂੰ ਉਹਦੇ ਨੌਕਰ ਨੇ ਘੰਟੀ ਵਜਾ ਕੇ ਕਾੜ ਹੱਥੀਂ ਫੜਾ ਦਿੱਤੇ ਸਨ। ਗਲੀ ਦੇ ਬਾਕੀ ਲੋਕਾਂ ਦੇ ਕਾਰਡ ਉਹਨਾਂ ਦੇ ਲੈਟਰ ਬਾਕਸਾਂ ਵਿੱਚ ਸੁੱਟ ਦਿੱਤੇ ਗਏ ਸਨ ਅੱਗੇ ਪਿੱਛੇ ਦੀਆਂ ਇਹ ਦੋ ਗਲੀਆਂ ਛੱਡ ਕੇ ਉਹਨੇ ਕਲੋਨੀ ਵਿੱਚ ਕਿਸੇ ਹੋਰ ਨੂੰ ਕਾਰਡ ਨਹੀਂ ਸੀ ਦਿੱਤਾ ਤੇ ਲੋਕ ਇੰਨੇ ਭੋਲੇ ਤਾਂ ਹੈ ਨਹੀਂ ਕਿ ਕਾਰਡ ਭੇਜਣ ਦੇ ਢੰਗ ਤੋਂ ਉਹਦੇ ਅਰਥ ਨਾ ਸਮਝਦੇ ਹੋਣ ਇਹੋ ਢੰਗ ਹੀ ਤਾਂ ਸਪਸ਼ਟ ਕਰਦਾ ਹੈ ਕਿ ਬੁਲਾਉਣ ਵਾਲਾ ਬੁલાਏ ਜਾਣ ਨੂੰ ਸੱਚਮੁੱਚ ਬੁਲਾ ਰਿਹਾ ਹੈ ਜਾਂ ਐਵੇਂ ਕੰਡਿਆਂ ਤੋਂ ਦੀ ਕਢੀਸ ਰਿਹਾ ਹੈ ਤੇ ਜੇ ਬੁਲਾ ਰਿਹਾ ਤਾਂ ਕਿੰਨੇ ਕਾਦਰ ਮਾਣਨਾ ਸੋ ਨੌਕਰ ਹੱਥ ਭੇਜੇ ਜਾਂ ਲੈਟਰ ਬਾਕਸ ਵਿੱਚ ਸਟਵਾਏ ਉਹ ਜਾ ਦੇ ਕਾਰਡਾਂ ਉੱਤੇ ਕੌਣ ਜਾਂਦਾ ਬਹੁਤਿਆਂ ਦਾ ਜਵਾਬ ਜੋ ਉਹ ਦੀ ਪਿੱਠ ਪਿੱਛੇ ਹੀ ਦਿੱਤਾ ਗਿਆ ਇਹੋ ਸੀ ਕਿ ਕੋਈ ਕਿਸੇ ਦੇ ਖਾਣ ਦਾ ਭੁੱਖਾ ਥੋੜੇ ਹੁੰਦਾ ਸਭ ਵੀ ਆਪਣੇ ਆਪਣੇ ਘਰਾਂ ਨਹੀਂ ਖਾਣੇ ਪਰ ਬਿਲਕੁਲ ਨੇੜੇ ਦੇ ਗੰਡਾਂ ਨੂੰ ਜਹੀ ਸਮੇਂ ਇਹ ਵੀ ਸੋਚਣਾ ਪੈਂਦਾ ਕੀ ਪਤਾ ਕਦੋਂ ਕਿਹਨੂੰ ਕਿਹਦੀ ਲੋੜ ਪੈ ਜੇ ਚਲੋ ਇਹ ਤਾਂ ਜੈਸਾ ਕਲ ਦਾ ਮਾਲਕ ਹੈ ਉਹਦਾ ਵਿਖਾਵਾ ਇਹਨੇ ਕਰਤਾ ਆਪਾਂ ਇਹਦੇ ਵਰਗੇ ਖੋੱਚੇ ਕਿਉਂ ਬਣ ਗਏ ਗਵਾਂਢ ਮੱਥੇ ਜਾਣਾ ਹੀ ਬਣਦਾ ਹੁਣ ਉਹਦੀ ਮਾਂ ਮਰੀ ਤਾਂ ਗਵਾਂਢ ਮੱਥੇ ਜਾਣਾ ਹੋਰ ਵੀ ਬਣਦਾ ਹੈ ਕਹਿੰਦੇ ਨੇ ਕਿ ਖੁਸ਼ੀ ਦੇ ਮੌਕੇ ਕਿਸੇ ਦੇ ਜਾਣ ਤੋਂ ਤਾਂ ਬੰਦਾ ਬੇਸ਼ੱਕ ਖੁੰਝ ਜਾਵੇ ਪਰ ਗਮੀ ਦੇ ਮੌਕੇ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ ਖੁਸ਼ੀ ਦੇ ਮੌਕੇ ਤਾਂ ਉਤਸ਼ਾਹ ਹੋਣ ਸਦਕਾ ਆਪਣਾ ਕੰਮ ਨਿਭਾਉਣਾ ਕਿਸੇ ਲਈ ਵੀ ਔਖਾ ਨਹੀਂ ਹੁੰਦਾ ਪਰ ਗਮੀ ਦੇ ਮੌਕੇ ਆ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਵਾਲੇ ਵੀ ਤਾਂ ਚਾਹੀਦੇ ਹੀ ਨੇ ਮੇਰੀ ਪਤਨੀ ਨੇ ਮੈਨੂੰ ਚਾਹ ਫੜਾ ਕੇ ਆਪਣੀ ਪਿਆਲੀ ਮੂੰਹ ਨੂੰ ਲਾ ਲਈ ਤਾਂ ਮੈਂ ਆਖਿਆ ਚਾਹ ਪੀ ਕੇ ਆਪਾਂ ਛਾਵੜੇ ਤੋਂ ਪੁੱਛੀ ਆ ਜੀ ਹੁਣ ਤੱਕ ਤਾਂ ਜਾਗਦੇ ਹੋਗੇ ਚਲੋ ਚੱਲ ਆਉਂਦੀਆਂ ਉਹ ਆਦਮ ਨੇ ਜਿਵੇਂ ਮਨ ਨਾਲ ਬੋਲੀ ਉਹਨਾਂ ਤੋਂ ਕਿਹੜਾ ਫਟਾਫਟ ਪਤਾ ਲੱਗ ਜਾਣਾ ਹੈ ਤੁਹਾਨੂੰ ਯਾਦ ਹੈ ਨਾ ਜਦੋਂ ਇਸੇ ਮਾਤਾ ਦਾ ਚੀਕ ਜਿਹੜਾ ਸੁਣ ਕੇ ਹਾਂ ਮੈਨੂੰ ਉਹ ਘਟਨਾ ਪੂਰੀ ਦੀ ਪੂਰੀ ਯਾਦ ਹੈ ਉਸ ਦਿਨ ਉਹੂਜਾ ਦੀ ਕੋਠੀ ਦੀ ਪਿਛਲੀ ਖਿੜਕੀ ਪਤਾ ਨਹੀਂ ਕਿਵੇਂ ਖੁੱਲੀ ਰਹਿ ਗਈ ਸੀ ਤੇ ਸਾਨੂੰ ਮਾਈ ਦੇ ਚੀਕਣ ਦੀਆਂ ਆਵਾਜ਼ਾਂ ਸੁਣਦੀਆਂ ਸਨ ਜਿਵੇਂ ਉਹ ਬਹੁਤ ਔਖੀ ਹੋਵੇ ਜਾਂ ਕਿਸੇ ਕਾਰਨ ਜਿਵੇਂ ਕੋਈ ਉਹਨੂੰ ਖਿੱਚ ਤੋ ਕਰ ਰਿਹਾ ਹੋਵੇ ਜਾਂ ਜਿਵੇਂ ਉਹ ਰੱਬ ਅੱਗੇ ਕੂਕ ਰਹੀ ਹੋਵੇ ਫਰਿਆਦ ਕਰ ਰਹੀ ਹੋਵੇ ਮਾਈ ਦੀਆਂ ਕੂਕਾਂ ਦੇ ਖਿੱਚੇ ਅਸੀਂ ਦੋਵੇਂ ਉੱਠੇ ਇਹਨਾਂ ਕੂਕਾਂ ਦਾ ਕਾਰਨ ਜਾਣਨ ਲਈ ਸਿੱਧੇ ਉਹੂਜੇ ਦੇ ਘਰ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ ਅਸੀਂ ਛਾਬੜੇ ਦੇ ਘਰ ਚਲੇ ਗਏ ਛਾਵੜਾ ਬਹੁਤ ਦਮਵੀਂ ਆਵਾਜ਼ ਵਿੱਚ ਬੋਲਿਆ ਛੱਡੋ ਭਾਈ ਸਾਹਿਬ ਤੁਸੀਂ ਰਤਾ ਹਟਵੀਓ ਤੇ ਉਧਰ ਇਹਨਾਂ ਦੇ ਬੂਹੇ ਵਾਰੀਆਂ ਬੰਦ ਹੀ ਰਹਿੰਦੇ ਨੇ ਸਾਡੀ ਤਾਂ ਕੰਧ ਸਾਂਝੀ ਆ ਅਸੀਂ ਤਾਂ ਇਹ ਸਭ ਸਿੱਧਾ ਸਿੱਧਾ ਸੁਣਦੇ ਹੀ ਰਹਿਨੇ ਆ ਮਿਸੇ ਛਾਵੜਾ ਦਾ ਕਹਿਣਾ ਸੀ ਕਿ ਮਾਈ ਕਈ ਵਾਰ ਕੱਪੜੇ ਗੰਦੇ ਕਰ ਦਿੰਦੀ ਆ ਆਪ ਤਾਂ ਹੁਜਾ ਜੋ ਚੰਗਾ ਮਨ ਦਾ ਬੋਲਦਾ ਮੂੰਹ ਹੀ ਬੋਲਦਾ ਪਰ ਉਹਦੀ ਜਨਾਨੀ ਤਾਂ ਬੁੱਢੀ ਦੀਆਂ ਬਾਹਾਂ ਮਰੋੜਨ ਤੱਕ ਜਾਂਦੀ ਆ ਉਹਨੂੰ ਇਹ ਸਾਰੀ ਜਾਣਕਾਰੀ ਉਹ ਜੇ ਦੀ ਨੌਕਰਾਨੀ ਤੋਂ ਮਿਲੀ ਸੀ ਇੱਕ ਦਿਨ ਜੋੜੀ ਤਾਂ ਬਾਲ ਬੱਚੇ ਸਮੇਤ ਕਿਧਰੇ ਗਈ ਹੋਈ ਸੀ ਘਰ ਵਿੱਚ ਸਨ ਕੇਵਲ ਮਾਤਾ ਤੇ ਨੌਕਰਾਨੀ ਮਿਸੇ ਛਾਵੜਾ ਨੇ ਪਨੀਰ ਦੇ ਪਕੌੜੇ ਕੱਢ ਕੇ ਵਿਹੜੇ ਵਿੱਚ ਖੜੀ ਨੌਕਰਾਨੀ ਨੂੰ ਬੁਲਾ ਲਿਆ ਮਾਤਾ ਤਾਂ ਨਾ ਹੋਇਆ ਵਰਗੀ ਸੀ ਘਰੇ ਹੋਰ ਕੋਈ ਵੀ ਨਹੀਂ ਆ ਨਾ ਹੋਣ ਦੇ ਬਾਵਜੂਦ ਉਹ ਚਾਰ ਛਪੇਰੇ ਦੇਖਦੀ ਹੋਈ ਆਈ ਸੀ ਉਸ ਨੂੰ ਹਦਾਇਤ ਸੀ ਕਿ ਉਹਨੇ ਨਾ ਕਿਸੇ ਦੇ ਘਰ ਆਉਣਾ ਜਾਣਾ ਹੈ ਤੇ ਨਾ ਕਿਸੇ ਦੇ ਨਾਲ ਕੋਈ ਗੱਲ ਕਰਨੀ ਹੈ ਪਰ ਸੀਤਾ ਆਖਰ ਵਿਚਾਰੀ ਰੱਬ ਦਾ ਜੀ ਅੰਨਖਾਂ ਦੀ ਤਮਨ ਵਿੱਚ ਛਾਵਾਂ ਪੈਦਾ ਹੁੰਦੀਆਂ ਸਨ ਕਦੇ ਤਾਂ ਕਿਸੇ ਨਾਲ ਬੋਲਣ ਨੂੰ ਗੱਲ ਕਰਨ ਨੂੰ ਦਿਲ ਕਰਦਾ ਹੀ ਹੈ ਬਸ ਕਰਮਚਾਰੀਆਂ ਕੁੱਟਾ ਨਾਲ ਪਕੌੜਿਆਂ ਦਾ ਅੰਦਰ ਲੰਘਣਾ ਸੀ ਕਿ ਗੱਲਾਂ ਉਹਨੇ ਸਾਰੀਆਂ ਬਾਹਰ ਉਹ ਗਲਛ ਦਿੱਤਨ ਜਿਵੇਂ ਕੱਡੂ-ਕੱਡੂ ਕਰਦੀ ਹੋਈ ਇਹ ਸਭ ਕੁਝ ਆਪਣੇ ਢਿੱਡ 'ਚ ਚੁੱਕੀ ਫਿਰਦੀ ਹੋਵੇ ਸੋ ਭਾਈ ਸਾਹਿਬ ਇਹ ਮਾਤਾ ਜੀ ਦੀਆਂ ਚੀਕਾਂ ਤਾਂ ਰੋਜ਼ ਦਾ ਹੀ ਮਾਮਲਾ ਹੈ ਆਪਾਂ ਕਿਸੇ ਦੀ ਅੱਗ ਨਾਲ ਕਿਉਂ ਹੱਥ ਫੁੱਕ ਗਏ ਤੁਸੀਂ ਚਾਹ ਪਾਣੀ ਦੱਸੋ ਤੇ ਘਰੇ ਜਾ ਕੇ ਆਰਾਮ ਕਰੋ ਮਿਸੇ ਛਾਵੜਾ ਨੇ ਗੱਲ ਮੁਕਾ ਦਿੱਤੀ ਚਾਹ ਵਾਲੀਆਂ ਪਿਆਲੀਆਂ ਰਸੋਈ 'ਚ ਹੀ ਰੱਖ ਦਿਆਂ ਮੇਰੀ ਪਤਨੀ ਨੇ ਕਿਹਾ ਚਲੋ ਛਾਵੜਿਆ ਨੂੰ ਘਟੋ ਘਟੇ ਤਾਂ ਪਤਾ ਲੱਗ ਗਿਆ ਹੋਊਗਾ ਕਿ ਮਾਤਾ ਪੂਰੀ ਹੋ ਗਈ ਹੈ ਜਾਂ ਚਲ ਮੈਂ ਖੜਾ ਹੋਇਆ ਜੇ ਮਾਈ ਚਲੀ ਗਈ ਹੋਈ ਅੱਜ ਤਾਂ ਸਾਲੇ ਨੂੰ ਉਹਦੇ ਅੰਤਮ ਸ਼ਨਾਣ ਲਈ ਦੋ ਚਾਰ ਔਰਤਾਂ ਤੇ ਉਹਨੂੰ ਸ਼ਮਸ਼ਾਨ ਲਿਜਾਣ ਲਈ ਪੰਜ ਸੱਤ ਬੰਦੇ ਚਾਹੀਦੇ ਹੀ ਹੋਣਗੇ ਸਾਡਾ ਗੇਟ ਤੋਂ ਪਰਤਣ ਦਾ ਰਾਤਾ ਦਾ ਨਾਂ ਦੇਖ ਕੇ ਡ੍ਰੈਗ ਰੂਮ ਦਾ ਬੂਹਾ ਖੋਲਦਿਆਂ ਛਾਵੜਾ ਬੋਲਿਆ ਅੱਜ ਕਿਵੇਂ ਸਵੇਰੇ ਹੀ ਸਵੇਰੇ ਅੰਦਰੋਂ ਮੈਕਸੀ ਦੇ ਅੱਗੇ ਨਾਲ ਹੱਥ ਪੁੰਝਦੀ ਮਿਸੇ ਛਾਵੜਾ ਵੀ ਸਾਡੇ ਕੋਲ ਆ ਬੈਠੀ ਸਵੇਰੇ ਸਵੇਰੇ ਗੱਲ ਤਾਂ ਹੋਰ ਤਰ੍ਹਾਂ ਦੀ ਲੱਗਦੀ ਆ ਛਾਵੜਾ ਸਾਹਿਬ ਪਰ ਕੀ ਕਰਗੀ ਆਖਰ ਗਵਾਂਢ ਮੱਥੇ ਮੈਜ ਜਜ ਜੀ ਨਾਲ ਗੱਲ ਤੋਲੀ ਉਹ ਦੋਵੇਂ ਇਕੱਠੇ ਹੀ ਸਾਵਧਾਨ ਹੋ ਕੇ ਬੋਲੇ ਦੱਸੋ ਸ਼ਾਇਦ ਉਹ ਸਮਝਦੇ ਸਨ ਕਿ ਅਸੀਂ ਉਹਨਾਂ ਕੋਲ ਹੀ ਕਿਸੇ ਕਿਸਮ ਦਾ ਗਿਲਾ ਕਰਨ ਦਾ ਲਾਂਭਾ ਦੇਣ ਆਏ ਹਾਂ ਆਖਰ ਘਰ ਦੇ ਪਿੱਛੇ ਘਰ ਹੋਣ ਦੀ ਸਾਂਝ ਸੀ ਗੱਲ ਇਹ ਹੈ ਵੈਸੇ ਤਾਂ ਸਵੇਰੇ ਸਵੇਰੇ ਮੈਂ ਫੇਰ ਝਿਜਕਿਆ ਅਸਲ ਵਿੱਚ ਕਿਸੇ ਹੋਰ ਦੇ ਘਰ ਦੀ ਮੌਤ ਦੀ ਗੱਲ ਕਿਸੇ ਤੀਜੇ ਦੇ ਘਰ ਉਹ ਵੀ ਸਵੇਰੇ ਸਵੇਰੇ ਕਰਦੇ ਮੈਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਝਿਜਕ ਤਾਂ ਛੱਡਣੀ ਪੈਣੀ ਸੀ ਉੱਧਰ ਖਾਲੀ ਪਲਾਟ 'ਚ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ ਲੱਗਦਾ ਹੈ ਉਹ ਜੇ ਦੀ ਮਾਤਾ ਛਾਵੜ ਨੇ ਤਣਾਅ ਮੁਕਤ ਹੋ ਕੇ ਸੋਫੇ ਨਾਲ ਢੋ ਲਈ ਤੇ ਮੇਰੀ ਗੱਲ ਵਿਚਾਲਿਆਂ ਟੁੱਕੀ ਅੱਛਾ ਇਹ ਪਰੇਸ਼ਾਨੀ ਹੈ ਉਹਤਾ ਵਿਚਾਰੀ ਕੱਲ ਦੁਪਹਿਰੇ ਹੀ ਮਰ ਗਈ ਸੀ ਮਿਸੇ ਛਾਵੜਾ ਵੀ ਸਹਜ ਹੋ ਗਈ ਮਰੀ ਕੀ ਭਰਾ ਜੀ ਪਿੰਜਰੇ ਵਿੱਚੋਂ ਛੁੱਟ ਗਈ ਨਰਕ ਜੂਨ ਕੱਟੀ ਗਈ ਵਿਚਾਰੀ ਦੀ ਉਹਨੇ ਸ਼ਕਰਾਨੇ ਬਜੂ ਰੱਬ ਵੱਲ ਹੱਥ ਜੋੜੇ ਇਹੋ ਜਿਹਾ ਵੇਲਾ ਰੱਬ ਕਿਸੇ ਤੇ ਨਾ ਲਿਆਵੇ ਤੁਹਾਨੂੰ ਸਭ ਪਤਾ ਹੀ ਐ ਗੱਲ ਨੂੰ ਕੀ ਖੇਚਣਾ ਛਾਵੜੇ ਨੇ ਮੁਕਦੀ ਕਰਨੀ ਚਾਹੀ ਚਾਹ ਪੀਓ ਪਿਆਲੀ ਬੱਲੀ ਨਹੀਂ ਚਾਹ ਤਾਂ ਹੁਣੇ ਪੀ ਕੇ ਆਏ ਆ ਮੇਰੀ ਪਤਨੀ ਬੋਲੀ ਕੱਲ ਸ਼ਾਮ ਨੂੰ ਤਾਂ ਉਹ ਲੀੜੇ ਕੱਪੜੇ ਉੱਥੇ ਹੈ ਨਹੀਂ ਸੀ ਅਸੀਂ ਸੋਚਿਆ ਮਾਤਾ ਰਾਤ ਨੂੰ ਪੂਰੀ ਹੋਈ ਹੋਵੇਗੀ ਚਲੋ ਜੋ ਹੋਇਆ ਛਾਬੜਾ ਸਾਹਿਬ ਸੌਤਾ ਹੋਇਆ ਮੈਂ ਉਹਦੇ ਮੋਢੇ ਤੇ ਹੱਥ ਰੱਖਿਆ ਆਓ ਚੱਲਗੇ ਇਹਨਾਂ ਨਾਲ ਸੰਬੰਧ ਕਿਹੋ ਜਿਹਾ ਵੀ ਹੋਣ ਮਰਨ ਵਾਲੀ ਦੇ ਅੰਤਮ ਸਸਕਾਰ ਵਾਸਤੇ ਤਾਂ ਉਹ ਵੀ ਕੱਲ ਪਿਛਲੇ ਪੈਰ ਹੀ ਹੋ ਗਿਆ ਉਹਨੇ ਜਵਾਬ ਦਿੱਤਾ ਸਾਨੂੰ ਵੀ ਸ਼ਾਮ ਨੂੰ ਜਾ ਕੇ ਪਤਾ ਲੱਗਿਆ ਕਿਵੇਂ ਆਦਮੀ ਔਰਤਾ ਤੋਂ ਬਿਨਾਂ ਹੀ ਮਹਿਰਾਨ ਹੋ ਕੇ ਕਿਹਾ ਅੰਤਮ ਅਸ਼ਨਾਨਤਾ ਵਾਧੂ ਦੀ ਰਸਮ ਹੈ ਭਾਈ ਸਾਹਿਬ ਮਿੱਟੀ ਨੂੰ ਨਹਾਓ ਜਾਂ ਨਾ ਨਹਾਓ ਕੀ ਫਰਕ ਪੈਂਦਾ ਨਾ ਮਿੱਟੀ ਨੂੰ ਫਰਕ ਨਾ ਕਿਸੇ ਹੋਰ ਨੂੰ ਤੇ ਅਰਥੀ ਲਈ ਫੈਕਟਰੀ ਤੋਂ ਮਜ਼ਦੂਰ ਟੈਂਪੂ ਲੈ ਆਏ ਸੀ ਮਾਤਾ ਦੀ ਦੇਹ ਲੱਦ ਕੇ ਸ਼ਮਸ਼ਾਨ ਘਾਟ ਲੈ ਗਈ ਛਾਵੜੇ ਨੇ ਸਾਰਾ ਕੁਝ ਇੰਨੀ ਸਹਜਤਾ ਵਿੱਚ ਹੋਇਆ ਦੱਸਿਆ ਜਿੰਨੀ ਸਹਜਤਾ ਨਾਲ ਮੇਰੀ ਪਤਨੀ ਕੁਝ ਸਮਾਂ ਪਹਿਲਾਂ ਚੂਹੀ ਨੂੰ ਪਿੰਜਰੇ ਵਿੱਚੋਂ ਬਾਹਰ ਛੱਡ ਕੇ ਆਈ ਸੀ